ਉਧਰ ਹਿਮਾਚਲ ਦੌਰੇ ਦੇ ਦੌਰਾਨ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਜੋ ਪੱਗ ਦੇ ਉੱਪਰ ਹਿਮਾਚਲੀ ਟੋਪੀ ਰੱਖੀ ਹੋਈ ਸੀ ਤਾਂ ਇਸ ਮਾਮਲੇ ਦੇ ਵਿੱਚ ਇਤਰਾਜ਼ ਹੋਣ ਤੋਂ ਬਾਅਦ ਹੁਣ ਚਰਨਜੀਤ ਸਿੰਘ ਚੰਨੀ ਨੇ ਮਾਫੀ ਮੰਗ ਲਈ ਹੈ ਲਿਖਤੀ ਤੌਰ ਦੇ ਉੱਪਰ ਮਾਫੀ ਮੰਗੀ ਗਈ ਹੈ ਅਕਾਲ ਤਖਤ ਸਹਿਬ ਤੋਂ ਤਾਂ ਸਭ ਤੋਂ ਪਹਿਲਾਂ ਚਰਨਜੀਤ ਸਿੰਘ ਚੰਨੀ ਨੇ ਅਕਾਲ ਤਖਤ ਸਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਫੋਨ ਕਰਕੇ ਮਾਫੀ ਮੰਗੀ ਸੀ ਕਿਹਾ ਸੀ ਕਿ ਉਹਨਾਂ ਤੋਂ ਅਣਜਾਣੇ ਦੇ ਵਿੱਚ ਅਜਿਹੀ ਗਲਤੀ ਹੋਈ ਹੈ ਹਿਮਾਚਲ ਦੇ ਵਿੱਚ ਜਦੋਂ ਉਹ ਹਰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹਿਮਾਚਲ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁਖ ਨੂੰ ਮਿਲਣ ਲਈ ਪਹੁੰਚੇ ਹੁੰਦੇ ਤਾਂ ਉਹਨਾਂ ਨੂੰ ਸ਼ਾਲ ਪੇਨ ਕੀਤਾ ਜਾਂਦਾ ਤੇ ਨਾਲ ਦੀ ਨਾਲ ਟੋਪੀ ਦਿੱਤੀ ਜਾਂਦੀ ਹੈ ਜਿਸ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਟੋਪੀ ਆਪਣੀ ਪੱਗ ਦੇ ਉੱਪਰ ਰੱਖ ਲੈਂਦੇ ਆ ਇਸ ਦੇ ਉੱਪਰ ਇਤਰਾਜ਼ ਸ਼੍ਰੋਮਣੀ ਕਮੇਟੀ ਨੇ ਜਤਾਇਆ ਸੀ ਜਿਸ ਤੋਂ ਬਾਅਦ ਹੁਣ ਚਰਨਜੀਤ ਸਿੰਘ ਚੰਨੀ ਨੇ ਲਿਖਤੀ ਰੂਪ ਦੇ ਵਿੱਚ ਮਾਫੀ ਮੰਗੀ ਹੈ ਅਦਰ ਮੁੱਖ ਮੰਤਰੀ ਭਗਵੰਤ ਮਾਨ ਦਾ ਜਲੰਧਰ ਦੇ ਵਿੱਚ ਤੀਸਰਾ ਘੇੜਾ ਲੱਗ ਚੁੱਕਿਆ ਅੱਜ ਸ਼ਿਵਰਾਤਰੀ ਦੇ ਮੌਕੇ ਤੇ ਜਲੰਧਰ ਦੇਵਿਤਲਾ ਮੰਦਿਰ ਦੇ ਵਿੱਚ ਨਤਮਸਤਕ ਹੋਣ ਦੇ ਲਈ ਪਹੁੰਚੇ ਸ ਪਹਿਲਾ ਗੇੜਾ ਜਿਹੜਾ ਲੱਗਿਆ ਸੀ ਉਹ ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਮਨਾਉਣ ਦੇ ਲਈ ਜੋ ਕਾਂਸੀ ਨੂੰ ਟ੍ਰੇਨ ਜਾਂਦੀ ਹੈ ਉਸ ਨੂੰ ਹਰੀ ਝੰਡੀ ਦੇਣ ਦੇ ਲਈ ਪਹੁੰਚੇ ਸੀ ਤਾਂ ਦੂਸਰਾ ਗੇੜਾ ਜਿਹੜਾ ਗੁਰੂ ਰਵਿਦਾਸ ਜੀ ਦੀ ਨਗਰ ਕੀਰਤਨ ਜੋ ਸਜਾਈ ਗਈ ਸੀ ਉਸ ਦੇ ਵਿੱਚ ਸ਼ਾਮਲ ਹੋਣ ਦੇ ਲਈ ਮੁੱਖ ਮੰਤਰੀ ਭਗਵੰਤ ਮਾਨ ਪਹੁੰਚੇ ਸੀ ਤਾਂ ਹੁਣ ਤੀਸਰਾ ਗੇੜਾ ਸ਼ਿਵਰਾਤਰੀ ਦੇ ਮੌਕੇ ਤੇ ਲੱਗਿਆ ਜਲੰਧਰ ਨੂੰ ਫੋਕਸ ਇਸ ਲਈ ਕੀਤਾ ਜਾ ਰਿਹਾ ਕਿਉਂਕਿ ਇੱਥੇ ਜਿਮਨੀ ਚੌਂ ਹੋਣੀ ਹੈ ਦਾ ਜ਼ਿਮਨੀ ਚੋਣ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਆਮ ਆਦਮੀ ਪਾਰਟੀ ਐਕਟਿਵ ਹੋ ਚੁੱਕੀ ਹੈ ਤੇ ਉੱਥੇ ਮੁੱਖ ਮੰਤਰੀ ਨੇ ਜਲੰਧਰ ਦੇ ਵਿੱਚ ਵੀ ਸਰਗਰਮੀਆਂ ਵਦਾ ਦਿੱਤੀਆਂ ਆ ਆਮ ਕਾਂਗਰਸ ਪਾਰਟੀ ਦੇ ਐਮਪੀ ਰਹੇ ਸੰਤੋਖ ਚੌਧਰੀ ਦਾ ਦਿਹਾਂਤ ਹੋ ਗਿਆ ਸੀ ਭਾਰਤ ਜੋੜੋ ਯਾਤਰਾ ਦੇ ਦੌਰਾਨ ਤਾਂ ਉਹਨਾਂ ਦੇ ਦਿਹਾਂਤ ਤੋਂ ਬਾਅਦ ਜਲੰਧਰ ਦੀ ਐਮਪੀ ਦੀ ਸੀਟ ਖਾਲੀ ਹੋਈ ਹੈ ਤਾਂ ਹੁਣ ਇੱਥੇ ਸਾਰੀਆਂ ਪਾਰਟੀਆਂ ਦੀ ਨਿਗਾਹਾਂ ਟਿਕੀਆਂ ਹੋਈਆਂ ਨੇ ਉਧਰ ਰੇਲਵੇ ਵੱਲੋਂ ਹੁਣ ਇੱਕ ਵਿਸ਼ੇਸ਼ ਉਪਰਾਲਾ ਕੀਤਾ ਗਿਆ ਸਿੱਖ ਸ਼ਰਧਾਲੂਆਂ ਦੇ ਲਈ ਵਿਸ਼ੇਸ਼ ਟ੍ਰੇਨਾਂ ਚਲਾਉਣ ਦੀ ਜਿਹੜੀ ਆ ਉਹ ਹਰਚੰਦੀ ਦਿੱਤੀ ਗਈ ਹੈ ਇਸ ਟ੍ਰੇਨ ਦਾ ਨਾਮ ਹੈ ਗੁਰੂ ਕਿਰਪਾ ਜੋ ਲਖਣਊ ਤੋਂ 5 ਅਪ੍ਰੈਲ ਨੂੰ ਰਵਾਨਾ ਕੀਤੀ ਜਾਵੇਗੀ ਇਹ ਟ੍ਰੇਨ ਜਿਹੜੀ ਹੈ ਸ਼ਰਧਾਲੂਆਂ ਨੂੰ ਪੰਜਾਬ, ਮਹਾਰਾਸ਼ਟਰ, ਕਰਨਾਟਕਾ ਤੇ ਬਿਹਾਰ ਸਥਿਤ ਗੁਰਦਆਮਾਂ ਤੇ ਪੰਜ ਤਖਤਾਂ ਦੇ ਦਰਸ਼ਨਾਂ ਦੇ ਲਈ ਲੈ ਕੇ ਜਾਵੇਗੀ ਇਸ ਜਿਹੜਾ ਪਹਿਲਾ ਸਟਾਪ ਹੋਵੇਗਾ ਉਹ ਕੇਸਗੜ੍ਹ ਸਾਹਿਬ ਹੋਵੇਗਾ ਇਸ ਤੋਂ ਬਾਅਦ ਅਨੰਦਪੁਰ ਸਾਹਿਬ ਨੂੰ ਜਿਹੜੇ ਚਾਲੇ ਪਾਏ ਜਾਣਗੇ 10 ਰਾਂਤਾ ਤੇ 11 ਦਿਨ ਦਾ ਇਹ ਟੂਰ ਹੋਵੇਗਾ ਤੇ ਇਸ ਰੇਲ ਗੱਡੀ ਦੇ ਵਿੱਚ ਵੱਤਵਾਦ 678 ਯਾਤਰੀ ਸ਼ਾਮਲ ਹੋ ਸਕਦੇ ਨੇ ਉਧਰ ਵਿਵਾਦਾਂ ਦੇ ਵਿੱਚ ਕਿਰੇ ਹੋਏ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਿਤ ਰਤਨਦਿਆ ਮੁਸ਼ਕਲਾਂ ਲਗਾਤਾਰ ਵਧੀਆਂ ਜਾ ਰਹੀਆਂ ਨੇ ਸ਼ਿਕਾਇਤ ਕਰਤਾ ਪ੍ਰੀਤਪਾਲ ਸਿੰਘ ਵੱਲੋਂ ਇੱਕ ਆਡੀਓ ਕਲਿੱਪ ਰਿਲੀਜ਼ ਕੀਤਾ ਗਿਆ ਜਿਸ ਦੇ ਵਿੱਚ ਸਾਫ਼ ਤੌਰ ਦੇ ਉੱਪਰ ਸੁਣਿਆ ਜਾ ਲੱਗਦਾ ਹੈ ਕਿ ਵਿਧਾਇਕ ਅਮਿਤ ਰਤਨ ਜਿਸ ਦੇ ਉੱਪਰ ਇਲਜ਼ਾਮ ਲੱਗੇ ਨੇ ਕਿ ਉਸਨੇ 5 ਲੱਖ ਰੁਪਏ ਰਿਸ਼ਵਤ ਦੀ ਮੰਗ ਕੀਤੀ ਹੈ ਤੇ ਸਬੰਧਤ ਗ੍ਰਾਂਟਾਂ ਨੂੰ ਜਾਰੀ ਕਰਨ ਦੀ ਜਿਹੇ ਐਵਰਜ਼ ਦੇ ਵਿੱਚ 5 ਲੱਖ ਰੁਪਏ ਮੰਗੇ ਗਏ ਸੀ ਤਾਂ ਇਸ ਆਡੀਓ ਲੀਕ ਮਾਮਲੇ ਦੇ ਵਿੱਚ ਆਮ ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖੈਰਾ ਨੇ ਆਮ ਆਦਮੀ ਪਾਰਟੀ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਹੈ ਸੁਖਪਾਲ ਸਿੰਘ ਖੈਰਾ ਨੇ ਕਿਹਾ ਕਿ ਜਲੰਧਰ ਦੀ ਜ਼ਿਮਨੀ ਚ ਉਹਨਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਇਹ ਪੈਸੇ ਜਿਹੜੇ ਇਕੱਠੇ ਕੀਤੇ ਜਾ ਰਹੇ ਸੀ ਸੁਖਪਾਲ ਸਿੰਘ ਖੈਰਾ ਨੇ ਕਿਹਾ ਕਿ ਵਿਧਾਇਕ ਦੇ ਖਿਲਾਫ ਇਸ ਕਰਕੇ ਕਾਰਵਾਈ ਨਹੀਂ ਹੋ ਰਹੀ ਕਿਉਂਕਿ ਇਹ ਜਿਹੜੇ ਪੈਸੇ ਹੈਗੇ ਸਿੱਧਾ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਦੇ ਖਾਤੇ ਵਿੱਚ ਜਾਣੇ ਆ ਜਿਮਨੀ ਚੋਣਾਂ ਦੇ ਵਿੱਚ ਇਸ ਦੀ ਵਰਤ ਹੋਣੀ ਹੈ ਇਸ ਲਈ ਵਿਧਾਇਕ ਨੂੰ ਬਚਾਉਣ ਦੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ